ਡੀਅਰ ਸਟੂਡੈਂਟਸ, ਮੈਂ ਹਾਂ ਸੰਜੀਵ ਕੁਮਾਰ, KVM ਐਜੂਕੇਸ਼ਨ ਚੈਨਲ ਤੋਂ। ਬੱਚੇ, ਜਿਹੜਾ ਪੇਪਰ ਮੈਂ ਲੈ ਕੇ ਆਇਆ ਉਹ ਹੈ ਗਣਿਤ ਦਾ, ਪੰਜਵੀਂ ਜਮਾਤ ਦਾ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੇਪਰ, ਪੰਜਾਬੀ ਮੀਡੀਅਮ ਦਾ। ਬੱਚੇ, ਇਹ ਬੋਰਡ ਵਾਲਾ ਰਿਕਮੈਂਡਡ ਪੇਪਰ ਹੈ, ਕਾਫੀ ਹੱਦ ਤੱਕ ਪੇਪਰ ਹੈ ਜਿਹੜਾ ਇਸਦੇ ਨਾਲ ਦਾ ਹੀ ਹੁੰਦਾ ਹੈ, ਥੋੜ੍ਹਾ ਮੋਟਾ ਫਰਕ ਹੁੰਦਾ ਹੈ, ਤਾਂ ਤੁਸੀਂ ਇਸ ਨੂੰ ਧਿਆਨ ਨਾਲ ਕਰਨਾ ਹੈ, ਅੱਛੀ ਤਰ੍ਹਾਂ ਕਰਨਾ ਹੈ, ਨੋਟਸ ਬਣਾ ਲਓ ਕਾਪੀ 'ਤੇ, ਤਾਂ ਜੋ ਇਹਦੇ ਵਿੱਚ ਕੁਛ ਵੀ ਤੁਸੀਂ ਜੇ ਆ ਗਿਆ ਤਾਂ ਮਿਸ ਨਹੀਂ ਕਰਨਾ, ਠੀਕ ਹੈ, ਮੋਸਟਲੀ ਆ ਹੀ ਜਾਏਗਾ, ਠੀਕ ਹੈ। ਤਾਂ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ, ਤਾਂ ਜੋ ਜਦੋਂ ਵੀ ਮੈਂ ਹੁਣ ਇਦੋਂ ਬਾਅਦ ਕੈਸੇ ਪੇਪਰ ਅਤੇ ਸ਼ਾਂਤੀ ਕੈਸੇ ਪੇਪਰ ਪਾਊਂਗਾ ਤਾਂ ਉਹ ਤੁਸੀਂ ਮਿਸ ਨਾ ਕਰੋ। ਉਹ ਵੀਡੀਓ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ, ਆਏ ਵਾਰ ਪੇਪਰ ਉਹਨਾਂ ਵਿੱਚੋਂ ਹੀ ਆਉਂਦਾ ਹੈ, ਉਹ ਬਿਲਕੁਲ ਮਿਸ ਨਹੀਂ ਕਰਨੀ ਆ, ਠੀਕ ਹੈ। ਤਾਂ ਨੀਚੇ ਸਬਸਕ੍ਰਾਈਬ ਕਰਕੇ ਰੱਖਣਾ, ਜਿਹੜਾ ਬਟਨ ਲਾਲ ਦਿਖਾਈ ਦੇ ਰਿਹਾ ਤੁਹਾਨੂੰ ਸਬਸਕ੍ਰਾਈਬ ਵਾਲਾ, ਉਸਨੂੰ ਕਾਲਾ ਕਰ ਲਓ ਅਤੇ ਸ਼ੇਅਰ ਵੀ ਕਰਦਿਆ ਕਰੋ ਵੀਡੀਓ ਆਪਣੇ ਦੋਸਤਾਂ ਦੇ ਨਾਲ ਅਤੇ ਲਾਈਕ ਕਰਦਿਆ ਕਰੋ। ਤਾਂ ਬੱਚੇ ਸ਼ੁਰੂ ਕਰ ਰਹੇ, ਸਭ ਤੋਂ ਪਹਿਲਾਂ ਜਿਹੜਾ ਪ੍ਰਸ਼ਨ ਹੈ ਉਹ 1 ਤੋਂ 20 ਤੱਕ ਦੋ ਅੰਕਾਂ ਦੇ ਕੁਸਚਨ ਹੈ, ਮਲਟੀ ਚੋਇਸ ਕੁਸਚਨ ਹੈ, ਜਿਨ੍ਹਾਂ ਦੇ ਵਿੱਚੋਂ 4 ਆਪਸ਼ਨਾਂ ਦਿੱਤੀਆਂ ਹੋਣਗੀਆਂ, ਆਪਾਂ 1 ਨੂੰ ਯੈਸ ਕਰਨਾ ਹੈ। ਹੇਠ ਦੇ ਚਿੱਤਰਾਂ 'ਚ ਸਭ ਤੋਂ ਵੱਧ ਕੀਮਤ ਕਿਸ ਵਸਤੂ ਦੀ ਹੈ, ਇਹ ਬਿਲਕੁਲ ਤੁਹਾਨੂੰ ਪਤਾ ਹੋਊਗਾ ਕਿਸ ਵਸਤੂ ਦੀ ਹੈ, ਕਿਉਂਕਿ ਸਾਫ਼ ਦਿਖਾਈ ਦੇ ਰਿਹਾ। ਇਹ 32,000 ਦਾ ਹੈ, ਇਹ 10,000 ਦਾ ਹੈ, ਇਹ 2,000 ਦਾ ਹੈ, ਇਹ 500 ਦਾ ਹੈ। ਤਾਂ 32,500 ਵਾਲਾ ਚੀਜ਼ ਸਭ ਤੋਂ ਮਹਿੰਗੀ ਹੈ, ਤਾਂ ਫਰਿੱਜ ਦੀ ਕੀਮਤ ਸਭ ਤੋਂ ਜ਼ਿਆਦਾ ਹੈ। ਸਾਰਣੀ ਅਨੁਸਾਰ ਸਹੀ ਦੱਸੋ, ਸੰਖਿਆ ਦੱਸੋ, 80,880। ਤਾਂ 80,880 ED। ਜੇ ਕਿਸੇ ਵੀ ਰਕਮਾਂ ਨੂੰ, ਜਿੰਨੀਆਂ ਮਰਜ਼ੀ ਰਕਮਾਂ, ਜੇ ਉਹਨਾਂ ਨੂੰ 0 ਨਾਲ ਗੁਣਾ ਕਰਦੇ, ਬੱਚੇ 0 ਹੀ ਉੱਤਰ ਆਉਂਦਾ ਹੁੰਦਾ ਹੈ, ਠੀਕ ਹੈ। ਜਿੰਨੀਆਂ ਮਰਜ਼ੀ ਲੱਗ ਜਾਣ, ਜੇ 0 ਨਾਲ ਮਲਟੀਪਲਾਈ ਹੋ ਗਿਆ ਉਹਦਾ ਅੰਤਰ, ਤਾਂ ਉਹਦਾ ਉੱਤਰ ਹੈ ਜਿਹੜਾ 0 ਹੀ ਆਏਗਾ। ਇੱਕ ਕਾਰ ਦੇ 4 ਪਹੀਏ ਹੁੰਦੇ ਹੈ ਅਤੇ ਇੱਕ ਆਟੋ ਦੇ 3 ਪਹੀਏ ਹੁੰਦੇ ਹੈ। ਦੋ ਕਾਰਾਂ ਦੇ ਕਿੰਨੇ ਹੋ ਗਏ? 4 × 2 = 8 ਪਹੀਏ ਹੋ ਗਏ, ਠੀਕ ਹੈ। ਕਿਉਂਕਿ ਇੱਕ ਕਾਰ ਦੇ 4 2 ਨਾਲ ਗੁਣਾ ਕਰ ਦਿਓ ਤਾਂ ਕਿੰਨੇ ਹੋ ਗਏ? 4 × 2 = 8 8 ਪਹੀਏ ਹੋ ਗਏ ਦੋ ਕਾਰਾਂ, ਅਤੇ ਇੱਕ ਆਟੋ ਦੇ ਕਿੰਨੇ ਪਹੀਏ? ਇਹ ਹੋ ਗਏ ਦੋ ਕਾਰਾਂ ਅਤੇ ਘੱਟ, ਇੱਕ ਆਟੋ ਦੇ 3 ਹੈ, 8 × 3 = 11 ਹੋ ਗਏ। ਊੜਾ ਸਭ ਤੋਂ ਵੱਡੀ ਕਿਹੜਾ ਫੀਤਾ ਹੈ ਜੋ 24 ਤੇ 30 ਮੀਟਰ ਦੀ ਲੰਬਾਈ ਨੂੰ ਪੂਰਾ ਮਾਪ ਸਕਦਾ ਹੈ? ਯਾਨੀ ਕਿ ਉਹ ਮੀਟਰ ਜਿਸਦੇ ਵਿੱਚ ਦੋਨੇ ਆਉਣ, ਜਿਸਦੇ ਪਹਾੜੇ 'ਚ ਦੋਨੇ ਚੀਜ਼ਾਂ ਆਉਣ। 4 ਦੇ ਪਹਾੜੇ 'ਚ ਦੇਖੋ 3 ਨਹੀਂ ਆਉਂਦਾ, 5 ਦੇ ਪਹਾੜੇ 'ਚ 24 ਨਹੀਂ ਆਉਂਦਾ, 6 ਦੇ ਪਹਾੜੇ 'ਚ 6 × 24 = 6, 5 × 3 = 9 ਦੋਨੇ ਆ ਗਏ, 7 ਦੇ ਪਹਾੜੇ 'ਚ ਦੋਨੇ ਨਹੀਂ ਆਉਂਦੇ। ਤਾਂ 6 ਮੀਟਰ ਵੱਡੇ ਤੋਂ ਵੱਡਾ ਫੀਤਾ, ਠੀਕ ਹੈ। ਜੇ 1 ਤੋਂ ਵੱਧ ਅੱਖਰ ਹੈ ਤਾਂ ਉਹਨਾਂ 'ਚੋਂ ਵੱਡੀ ਰਕਮ ਲੈਣੀ ਆ ਆਪਾਂ। ਹੇਠ ਦੇ ਚਿੱਤਰ ਕਿਹੜੀ ਕਿਹੜੀ ਸੰਖਿਆ ਦੇ ਗੁਣਨਖੰਡ ਨੂੰ ਦਰਸਾ ਰਹੀਆਂ ਹਨ? ਇਹ ਤੁਸੀਂ ਦੇਖ ਲਓ, ਸਾਹਮਣੇ ਹੀ ਹੈ ਤੁਹਾਡੇ। ਕਿਹੜਾ ਚਿੱਤਰ ਰੰਗੇ ਭਾਗ ਦੀ 1/3 ਭਿੰਨ ਨੂੰ ਦਰਸਾ ਰਿਹਾ ਹੈ? 1/3, 1/3 ਕਿਹੜਾ ਹੈ? ਦੇਖੋ ਉੱਪਰ ਇਹ ਕਿੰਨਾ ਹੈ? 2/4 ਉੱਪਰ ਲਿਖਣਾ ਹੁੰਦਾ ਹੈ ਜਿਹੜਾ ਰੰਗਦਾਰ ਹੈ, ਥੱਲੇ ਲਿਖਣਾ ਹੁੰਦਾ ਕੁੱਲ। 1, 2, 3, 4 ਖਾਨੇ ਹੈ, ਤਾਂ ਇਹ ਕਿੰਨਾ ਹੋ ਗਿਆ? 1/2 ਹੈ, ਠੀਕ ਹੈ। ਤਾਂ ਇਸੇ ਤਰ੍ਹਾਂ ਆਪਾਂ ਦੇਖਣਾ ਵੀ ਕਿਹੜਾ 1/3 ਹੈ। ਜੇ ਦੇਖੀਏ ਬੱਚਿਆਂ, ਦਿਖਾਈ ਦੇ ਰਿਹਾ, ਦੇਖੋ ਰੰਗਦਾਰ ਕਿੰਨਾ? 1, ਟੋਟਲ ਕਿੰਨੇ ਹੈ? 3। ਤਾਂ ED ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ, ਦਰਸਾ ਰਹੀ ਹੈ 1/3 ਨੂੰ। ਹੇਠ ਦੇ ਚਿੱਤਰ ਵਿੱਚ ਰੰਗਦਾਰ ਭਾਗ ਕਿਹੜਾ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ? ਦੇਖੋ ਰੰਗਦਾਰ ਕਿੰਨਾ? 3। ਤਾਂ 3/3 ਕਿੰਨਾ ਹੋ ਗਿਆ? ਕੁੱਲ ਕਿੰਨਾ? 10 ਹੋਊਗਾ ਇਹ, ਠੀਕ ਹੈ। ਕਿਉਂਕਿ ਪੁਆਇੰਟ ਬਣ ਰਿਹਾ, ਪੁਆਇੰਟ 10 ਦਾ ਹੀ ਬਣਦਾ ਹੁੰਦਾ ਮੋਸਟਲੀ। ਤਾਂ 1 ਅੱਖਰ ਅੱਗੇ ਪੁਆਇੰਟ ਪਊਗਾ, ਤਾਂ 0.3 ਆ ਗਿਆ। ਤਾਂ 0.3 ਊੜਾ ਸਹੀ ਹੈ। ਹੇਠ ਦੀ ਕਰੰਸੀ ਨੋਟਾਂ ਦੀ ਸਹੀ ਮੁੱਲ ਦੱਸੋ। ਦੇਖੋ 2002, 4000, 4501, 4501 ਯਾਨੀ 4501 ਸਸਤਾ, ਬਿਲਕੁਲ ਸਹੀ ਹੈ। ਰਮਨ 500 ਦੇ ਲੈ ਕੇ ਦੁਕਾਨ ਤੇ ਗਿਆ ਦਾ ਨੋਟ ਲੈ ਕੇ ਉਹ ਹੇਠ ਲਿਖਿਆ
ਵਸਤੂ ਨੂੰ ਖਰੀਦਣਾ ਚਾਹੁੰਦਾ ਹੈ, ਇਹਨਾਂ ਰੁਪਇਆਂ ਨਾਲ ਕਿਹੜੀ ਕਿਹੜੀ ਵਸਤੂ ਖਰੀਦ ਸਕਦਾ। ਦੇਖੋ 500 ਦੇ ਵਿੱਚ ਆ ਵੀ ਖਰੀਦ ਸਕਦਾ, ਆ ਵੀ ਖਰੀਦ ਸਕਦਾ, ਆ ਵੀ ਖਰੀਦ ਸਕਦਾ, 800 ਵਾਲੀ ਚੀਜ਼ ਨਹੀਂ ਖਰੀਦ ਸਕਦਾ। ਠੀਕ ਹੈ, ਤਾਂ ਜਿਹਦੇ ਵਿੱਚ ਪਰਸ ਹੈ ਉਹ ਕੱਢ ਦਿਉ, ਪਰਸ ਵਾਲੀ ਰਕਮ ਕੱਢ ਦਿਉ, ਪਰਸ ਵਾਲੀ, ਇਹ ਵੀ ਪਰਸ ਵਾਲੀ ਹੈ, ਇਹ ਵੀ ਪਰਸ ਵਾਲੀ ਹੈ, ਇੱਦਾਂ ਖਰੀਦ ਹੀ ਨਹੀਂ ਸਕਦਾ ਉਹ। ਠੀਕ ਹੈ, ਦੇਖੋ ਇਹ ਵੀ ਪਰਸ ਵਾਲੀ ਹੈ, ਇਹ ਵੀ ਕੱਢ ਦਿਉ, ਉੱਪਰ ਵਾਲੇ 'ਚ ਪਰਸ ਨਹੀਂ ਹੈ ਤਾਂ ਆਹ ਖਰੀਦ ਸਕਦਾ ਹੈ। ਆਈਸਕ੍ਰੀਮ, ਕਿਤਾਬ ਅਤੇ ਬੋਤਲ, ਸਮਝੋ ਅਤੇ ਦੱਸੋ। 2 ਕੱਪ ਹੈ, ਠੀਕ ਹੈ, ਕਿੰਨੇ ਕੀ ਬਣਦਾ ਗਲਾਸ, ਯਾਨੀ 2 ਕੱਪਾਂ 'ਚ ਜਿੰਨੀ ਚੀਜ਼ ਆਉਂਦੀ ਗਲਾਸ 'ਚ ਆਉਂਦੀ। 1 ਕੱਪ ਕਿੰਨੇ ਦਾ? 200 ਦਾ, ਤਾਂ 200 ਦਾ ਇਹ ਹੋ ਗਿਆ, 200 ਦਾ ਇਹ ਹੋ ਗਿਆ, ਤਾਂ 2 × 2 = 400 ਦਾ ਹੋ ਗਿਆ। 1 ਗਲਾਸ ਕਿੰਨੇ ਦਾ ਹੋ ਗਿਆ? 400 ਦਾ। ਠੀਕ ਹੈ, ਪਿੱਛੇ 100 ਆਪਾਂ ਉਹ ਲਾ ਦਾਂਗੇ, ਪਤਾ ਹੀ ਹੈ ਵੀ 400 ਹੋ ਗਿਆ। ਠੀਕ ਹੈ, ਹੁਣ 3 ਗਲਾਸ ਕਿੰਨੇ ਦੇ ਹੋ ਗਏ? 4 × 4 = 8, 4 × 3 = 12, ਤਾਂ 1200 ਲੀਟਰ ਦਾ ਹੋ ਗਿਆ, ਤਾਂ ਇਹ ਜੱਗ ਦੇ ਬਰਾਬਰ ਹੈ। ਤਾਂ 1 ਜੱਗ ਕਿੰਨੇ ਦਾ ਹੋ ਗਿਆ? 1200 ਲੀਟਰ ਦਾ। ਠੀਕ ਹੈ, ਤਾਂ ਉਹ ਪੁੱਛ ਰਿਹਾ, ਤਾਂ ਜੱਗ ਕਿੰਨੇ ਦਾ ਹੋ ਗਿਆ? 1200 ਲੀਟਰ ਦਾ। 500 ਮਿਲੀਲੀਟਰ ਤੋਂ ਘੱਟ ਗਲਤ, 500 ਮਿਲੀਲੀਟਰ ਅਤੇ 1 ਲੀਟਰ ਦੇ ਵਿਚਕਾਰ ਗਲਤ, 1 ਲੀਟਰ ਅਤੇ 2 ਲੀਟਰ ਦੇ ਵਿਚਕਾਰ ਇਹ ਬਿਲਕੁਲ ਸਹੀ ਹੈ, 2 ਲੀਟਰ ਤੋਂ ਵੱਧ ਨਹੀਂ ਹੈ, ਤਾਂ 1 ਲੀਟਰ ਅਤੇ 2 ਲੀਟਰ ਦੇ ਵਿਚਕਾਰ ਹੈ। ਜੇਕਰ ਤੁਹਾਡੇ ਸਕੂਲ ਤੋਂ ਤੁਹਾਡੇ ਪਿੰਡ ਦੀ ਡਿਸਪੈਂਸਰੀ ਦੀ ਦੂਰੀ 2 ਕਿਲੋਮੀਟਰ, ਪਿੰਡ ਦੀ ਧਰਮਸ਼ਾਲਾ ਦੀ ਦੂਰੀ 955 ਮੀਟਰ, ਗੁਰਦੁਆਰੇ ਦੀ ਦੂਰੀ 1500 ਮੀਟਰ ਹੈ, ਤਾਂ ਵਿੱਚੋਂ ਤੁਹਾਡੇ ਸਕੂਲ ਤੋਂ ਸਭ ਤੋਂ ਵੱਧ ਦੂਰੀ ਕਿਸ ਦੀ ਹੈ? 2 ਕਿਲੋਮੀਟਰ। ਕਿਹਦੀ ਹੈ? ਡਿਸਪੈਂਸਰੀ ਦੀ ਦੂਰੀ। ਪੁਸਤਕ ਤੇ ਅੰਕਿਤ ਕੀਤੇ ਕੋਣ ਕਿਹੜਾ ਕੋਣ ਹੈ? ਦੇਖੋ ਇਹ 90 ਤੋਂ ਵੱਡਾ ਹੈ। ਠੀਕ ਹੈ, ਆਮ ਤੌਰ 'ਤੇ 90 ਹੁੰਦਾ ਹੈ, ਪਰੰਤੂ ਇੱਥੇ 90 ਤੋਂ ਵੱਡਾ ਦਿਖਾਈ ਦੇ ਰਿਹਾ ਇਹ ਕੋਣ। ਆਮ ਤੌਰ 'ਤੇ 90-90 ਦੀ ਹੁੰਦੀ ਹੈ ਚਾਰੇ। ਹੁਣ ਕਿਤਾਬ ਕਿਸ ਤਰ੍ਹਾਂ ਬਣੀ ਹੈ ਕਹਿ ਨਹੀਂ ਸਕਦੇ, ਪਰੰਤੂ ਇਹ ਆਮ ਤੌਰ 'ਤੇ ਸਮਕੋਣੀ ਹੁੰਦਾ ਜਦੋਂ ਆਪਾਂ ਕਿਤਾਬ 'ਤੇ ਦੇਖਦੇ ਹਾਂ। ਕਿਹੜੀ ਘੜੀ ਦੀਆਂ ਸੂਈਆਂ ਨਾਲ ਕੋਣ ਨਿਊਨ ਕੋਣ ਨਹੀਂ ਹੈ? ਤਾਂ ਦੇਖੋ ਨਿਊਨ ਕੋਣ ਹੁੰਦਾ ਵੀ ਆਹ 90 ਦਾ ਕੋਣ ਹੁੰਦਾ, ਬਿਲਕੁਲ ਜਿਹੜਾ ਆਇਆ ਸੁੱਟ ਹੋਵੇ, ਜਿਵੇਂ ਕਿਤਾਬ ਦੇ ਕੋਨੇ ਹੁੰਦੇ ਆ ਨਾ, ਇਹ 90 ਦੇ ਹੁੰਦੇ ਹੈ। ਦੇਖੋ ਇਹ ਤੋਂ ਵੱਡਾ ਕੋਣ ਕਿਹੜਾ ਹੈ ਜਾਂ 90 ਦਾ ਕਿਹੜਾ ਹੈ? ਦੇਖੋ 90 ਤੋਂ ਛੋਟਾ ਹੈ, ਇਹ ਵੀ ਛੋਟਾ ਹੈ, ਇਹ ਵੀ ਛੋਟਾ ਹੈ, ਤਾਂ ਆਹ ਕੋਣ ਹੈ ਜਿਹੜਾ ਇਹ 90 ਨਿਊਨ ਕੋਣ ਨਹੀਂ ਹੈ। ਨਿਊਨ ਕੋਣ ਹੁੰਦਾ 90 ਤੋਂ ਛੋਟਾ ਕੋਣ ਨੂੰ ਨਿਊਨ ਕੋਣ ਕਹਿੰਦੇ ਆ। ਆਇਤ ਦਾ ਖੇਤਰਫਲ ਬੱਚੇ ਹੁੰਦਾ ਲੰਬਾਈ ਗੁਣਾ ਚੜ੍ਹਾਈ, ਚੜ੍ਹਾਈ। ਠੀਕ ਹੈ, ਤਾਂ ਲੰਬਾਈ ਕਿੰਨੀ ਹੋ ਗਈ ਤੁਹਾਡੀ ਅਤੇ ਚੜ੍ਹਾਈ ਕਿੰਨੀ ਹੋ ਗਈ? ਦੇਖੋ ਇੱਧਰਲੇ ਪਾਸੇ 1-2 ਡੱਬੀਆਂ, ਠੀਕ ਹੈ, ਤਾਂ 2 ਹੋ ਗਈ। ਇੱਧਰਲੇ ਪਾਸੇ ਕਿੰਨਾ ਹੋ ਗਿਆ? 1, 2, 3, 4, 5, ਤਾਂ 5, ਤਾਂ 5 ਦੂਣੀ 10 ਹੋ ਜਾਏਗਾ, 10 ਵਰਗ ਸੈਂਟੀਮੀਟਰ। ਧਿਆਨ ਰੱਖਣਾ ਵਰਗਲ ਆਏਗਾ ਕਿਉਂਕਿ ਖੇਤਰਫਲ ਹੈ। ਆਇਤਨ ਦੀ ਮੂਲ ਇਕਾਈ ਕਿਹੜੀ ਹੈ? ਇਹ ਤੁਸੀਂ ਸਾਰੇ ਕੁਸਚਨ ਕਰ ਸਕਦੇ ਹੋ ਆਪਣੇ ਆਪ। 1 ਕਨਾਬ ਦਾ ਆਇਤਨ ਪਤਾ ਕਰੋ ਜਿਸਦੀ ਲੰਬਾਈ 3, 2 ਅਤੇ 2 ਹੈ। ਕਿਸੇ ਸ਼ਹਿਰ ਦੇ 7 ਦਿਨਾਂ ਦੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ ਇਸ ਤਰ੍ਹਾਂ, ਸਭ ਤੋਂ ਜ਼ਿਆਦਾ ਗਰਮ ਕਿਹੜਾ? ਇਹਨਾਂ 'ਚੋਂ ਦੇਖ ਲਓ ਵੀ ਸਭ ਤੋਂ ਜ਼ਿਆਦਾ ਅੰਕ ਕਿਹੜਾ ਹੈ, ਉਹੀ ਹੈ। ਠੀਕ ਹੈ, ਐਤਵਾਰ ਹੈ ਤਾਂ ਐਤਵਾਰ ਹੋਊਗਾ, 41 ਸਭ ਤੋਂ ਜ਼ਿਆਦਾ ਹੈਗਾ। ਖਾਲੀ ਡੱਬੇ ਲਈ ਸਹੀ ਲਿਖੋ, ਦੇਖੋ 1, 4, 9, ਤਾਂ ਇਹ ਹੋ ਗਿਆ 1 ਦੀ 2, ਇਹ ਹੋ ਗਿਆ 2 ਦਾ ਸਕੇਅਰ, ਇਹ ਹੋ ਗਿਆ 3 ਦਾ ਸਕੇਅਰ, ਇਹ ਹੋ ਗਿਆ 4 ਦਾ ਸਕੇਅਰ, ਯਾਨੀ ਕਿ 16, ਤਾਂ ਆ ਹੋ ਗਿਆ 4 ਦਾ ਸਕੇਅਰ। ਖਾਲੀ ਥਾਂ ਭਰਨੀ ਹੈ, ਠੀਕ ਹੈ। ਇਹਤੋਂ ਬਾਅਦ ਦੇਖੋ 2, 8, 3, 8, 4, 8 ਅਤੇ 5, 8 ਹੀ ਹੋਣਗੇ। ਇਹਤੋਂ ਬਾਅਦ ਖਾਲੀ ਥਾਂ ਭਰੋ। 10 ਪੈਨਸਲਾਂ ਦਾ ਅੱਧਾ ਕਿੰਨਾ ਹੁੰਦਾ? 5।
ਇੱਕ ਵਟਾ ਤਿੰਨ ਸ਼ਬਦਾਂ 'ਚ ਲਿਖੋ, ਬਿਨਾਂ ਰੰਗਦਾਰ ਤਾਰਿਆਂ ਦੀ ਭਿੰਨ ਡੈਸ਼ ਹੈ, ਬਿਨਾਂ ਰੰਗਦਾਰ ਤਾਰੇ ਤਾਰੇ ਬਿਨਾਂ ਰੰਗਦਾਰ ਤਾਰੇ ਕਿੰਨੇ? ਤਿੰਨ। ਜਿਹੜੀ ਪੁੱਛੀ ਆ ਉੱਪਰ ਲਿਖ ਲਓ, ਫਿਰ ਥੱਲੇ ਕੁੱਲ ਲਿਖ ਲਓ, ਤਾਂ 3/5 ਹੈ। ਰੰਗਦਾਰ ਕੁਲਫੀਆਂ ਕਿੰਨੀਆਂ? 2। ਥੱਲੇ ਕਿੰਨਾ ਆ ਗਿਆ? 5। ਉਹਨੇ ਪੁੱਛਿਆ ਰੰਗਦਾਰ ਕੁਲਫੀਆਂ ਦੀ ਭਿੰਨ ਅਨੁਸਾਰ ਅੰਸ਼ ਹੈ, ਅੰਸ਼ ਉੱਪਰਲਾ ਹੁੰਦਾ ਹੈ ਤਾਂ 2 ਹੈ, ਠੀਕ ਹੈ। ਭਿੰਨ 2/6 ਵਿੱਚ ਹਰ ਕਿੰਨੇ? 6 ਹਰ ਹੈ। 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅਗੇਤਰ ਆ ਆਪਣੇ ਆਪ ਦੇਖਣਾ ਹੈ ਕਿਹੜੀ ਗਲਤ ਤੇ ਸਹੀ ਹੈ। 5 ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ। ਦੇਖੋ 5 ਦਾ ਅੰਤਰ ਪਤਾ ਕਰਨਾ ਹੈ। 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਬਣ ਗਈ? ਇਹਨਾਂ ਵਿੱਚ ਸਭ ਤੋਂ ਪਹਿਲਾਂ ਵੱਡਾ ਅੱਖਰ, ਫਿਰ ਇਦੂ ਛੋਟਾ, ਫਿਰ ਇਦੂ ਛੋਟਾ, ਫਿਰ ਇਦੂ ਛੋਟਾ, ਫਿਰ ਇਦੂ ਛੋਟਾ। ਛੋਟੀ ਛੋਟੀ ਸੰਖਿਆ ਕਿਹੜੀ ਹੋ ਗਈ ਬੱਚੇ? ਤਾਂ ਇਹਨਾਂ ਨੂੰ ਉਲਟ ਕਰ ਦਿਓ। 1, 5, 6, 7, 8 ਫਿਰ ਇਹਨਾਂ ਨੂੰ ਮਾਈਨਸ ਕਰ ਦਿਓ, ਤਾਂ ਜਿਹੜਾ ਉੱਤਰ ਹੈ ਉਹ ਤੁਹਾਡਾ ਅੰਤਰ ਹੈ। ਸਤਨਾਮ ਕੋਲ ਇੰਨੇ ਰੁਪਏ ਸਨ, ਉਸਦੇ ਮਾਮਾ ਜੀ ਉਸਨੂੰ 2500 ਹੋਰ ਦਿੱਤੇ, ਤਾਂ ਕਿੰਨੇ ਹੋ ਗਏ? 2500 ਇਹਦੇ 'ਚ ਜੋੜ ਦਿਉ। ਜੇ 2500 ਇਹਦੇ 'ਚ ਜੋੜਿਆ ਤਾਂ ਬੱਚੇ ਕਿੰਨਾ ਹੋ ਗਿਆ ਉਹ ਕੱਢ ਲਓ, ਪਹਿਲਾਂ ਇਹਨਾਂ ਦਾ ਜੋੜ ਕਰਨਾ, ਠੀਕ ਹੈ। ਫਿਰ ਜਿਹੜਾ ਉੱਤਰ ਆ ਗਿਆ ਉਹਦੇ 'ਚੋਂ ਇਹ ਮਾਈਨਸ ਕਰ ਦਿਉ। ਭੈਣ ਨੂੰ ਦਿੱਤੇ, ਉਹਦੇ ਕੋਲ ਕਿੰਨੇ ਰੁਪਏ ਬਾਕੀ ਬਚ ਗਏ ਪਹਿਲਾਂ ਲਿਖਣਾ ਹੈ, ਠੀਕ ਹੈ। ਸਤਨਾਮ ਕੋਲ ਕੁੱਲ ਰੁਪਏ 8765, ਮਾਮਾ ਜੀ ਨੇ ਦਿੱਤੇ, ਇੱਥੇ ਲਿਖਣਾ ਮਾਮਾ ਜੀ ਨੇ ਦਿੱਤੇ 2500। ਸਤਨਾਮ ਕੋਲ ਕੁੱਲ ਰੁਪਏ ਇੰਨੇ, ਹੁਣ ਕੁੱਲ ਰੁਪਏ ਕਿੰਨੇ ਹੋ ਗਏ? ਆਹ ਜੋੜ ਦੇਣਾ, ਠੀਕ ਹੈ। 5, 6, 12, 1, 8, 2, 10, 11, 11,265। ਫਿਰ ਭੈਣ ਨੂੰ ਦਿੱਤੇ 4770, ਇੱਥੇ ਲਿਖ ਦੇਣਾ ਬਾਕੀ ਬਚੇ, ਠੀਕ ਹੈ। ਬਾਕੀ ਬਚੇ ਕਿੰਨੇ ਹੈ? ਇੱਥੇ ਮਾਈਨਸ ਕਰਕੇ ਲਿਖ ਦਿਓ। ਸ਼ਹਿਰ ਤੋਂ ਕੁਝ ਦੂਰ ਪਿੰਡ ਵਿੱਚ ਵਸਿਆ ਹੋਇਆ ਹੈ, ਇਸਦਾ ਨਕਸ਼ਾ ਹਿੱਟ ਦੇ ਅਨੁਸਾਰ ਸਿਮਰਨ ਸਾਈਕਲ 'ਤੇ ਪਿੰਡ ਵਿੱਚ ਘੁੰਮ ਰਿਹਾ ਹੈ, ਸਿਮਰਨ ਵੱਲੋਂ ਤੈਅ ਕੀਤੀ ਵੱਖ-ਵੱਖ ਦੂਰੀ ਪਤਾ ਕਰੋ ਡੀ ਤੋਂ ਏ, ਬੀ ਵਿੱਚੋਂ ਦੀ। ਹੁਣ ਡੀ ਤੋਂ ਏ, ਡੀ ਤੋਂ ਏ ਆ ਹੋ ਗਿਆ ਬੀ ਵਿੱਚੋਂ ਦੀ, ਤਾਂ ਐਸ ਸੋਟ ਹੋ ਗਿਆ ਡੀ ਤੋਂ ਏ ਬੀ ਵਿੱਚ ਦੀ ਆਏ ਗਿਆ ਉਹ, ਤਾਂ ਦੋਨੇ ਜੋੜ ਦਿਉ 1580 ਅਤੇ 1350, ਤਾਂ ਇੱਥੇ ਕਿੰਨਾ ਆ ਗਿਆ? 1580 ਪਲੱਸ 1355, 35। ਠੀਕ ਹੈ ਜੀ। ਏ ਤੋਂ ਡੀ, ਏ ਤੋਂ ਡੀ, ਹੁਣ ਏ ਤੋਂ ਡੀ ਵੱਲ ਆਇਆ, ਕਿਹੜੇ ਕਿਹੜੇ ਵਿੱਚ ਆਇਆ? ਬੀ ਅਤੇ ਸੀ ਵਿੱਚੋਂ, ਏ ਤੋਂ ਡੀ, ਬੀ ਅਤੇ ਸੀ ਵਿੱਚੋਂ, ਤਾਂ 1580 ਜੋੜਨਾ ਹੈ, 1200 ਜੋੜਨਾ ਹੈ, 1315 ਜੋੜਨਾ ਹੈ, ਇਹ ਤਿੰਨੇ ਜੋੜਨੇ ਹੈ, ਠੀਕ ਹੈ। ਇਹਦੇ ਵਿੱਚ ਤਿੰਨ ਰਕਮਾਂ ਜੋੜਨੀਆਂ, 1580, 1200 ਅਤੇ 1315। ਅੱਜ ਇਹਨੇ 150 ਕਿਲੋਮੀਟਰ 500 ਮੀਟਰ ਦੀ ਸਫ਼ਰ ਬੱਸ ਦੁਆਰਾ ਤੈਅ ਕੀਤਾ ਗਿਆ, ਠੀਕ ਹੈ। 150 ਕਿਲੋਮੀਟਰ 400 ਮੀਟਰ .420 ਕਿਲੋਮੀਟਰ 650 ਮੀਟਰ 650 ਟੈਕਸੀ ਦੁਆਰਾ ਤੈਅ ਕੀਤਾ, ਉਸਨੂੰ ਕੁੱਲ ਕਿੰਨੀ ਦੂਰੀ ਤੈਅ ਕੀਤੀ ਗਈ? ਇੱਥੇ ਲਿਖ ਲਓ ਕਿਲੋਮੀਟਰ, ਇੱਥੇ ਮੀਟਰ, ਫਿਰ ਦੋਨਾਂ ਨੂੰ ਜੋੜ ਦਿਓ।
ਹੇਠ ਦੇ ਜਾਲਾਂ ਵਿੱਚੋਂ ਕਿਹੜਾ ਕਿਰਤੀ ਬਣਦੀ ਹੈ, ਤੁਸੀਂ ਦੇਖਣਾ ਕਿਹੜੀ ਕਿਰਤੀ ਬਣਦੀ ਹੈ। ਹੇਠ ਦੇ ਵਿੱਚੋਂ ਕੁਝ ਅਨਿਯਮਿਤ ਆਕ੍ਰਿਤੀਆਂ ਵਿੱਚੋਂ ਸਭ ਤੋਂ ਵੱਡੀ ਆਕ੍ਰਿਤੀ ਪਤਾ ਕਰਨ ਦੀ ਉਸਦੇ ਘੇਰੇ ਵਰਗ ਦੀ ਗਿਣਤੀ ਹੈ। ਤੁਹਾਡੇ ਪੇਪਰ ਕੁਐਸਚਨ ਜਿਹੜੇ ਹੈਗੇ ਆ ਤੁਹਾਡੇ ਬੁੱਕ ਦੇ ਹੀ ਹੈ। ਹੇਠ ਦੇ ਗਏ ਪਾਈ ਚਾਰਟ ਗੋਲ ਨਕਸ਼ੇ ਵਿੱਚ ਜਮਾਤ ਪੰਜਵੀਂ ਦੇ ਬੱਚਿਆਂ ਦੇ ਮਨ ਪਸੰਦ ਰੰਗਾਂ ਬਾਰੇ ਦੱਸਿਆ ਗਿਆ ਹੈ। ਪਾਈ ਚਾਰਟ ਨੂੰ ਧਿਆਨ ਨਾਲ ਦੇਖੋ ਅਤੇ ਉੱਤਰ ਦਿਓ। ਜਮਾਤ ਦੇ ਕਿੰਨੇ ਬੱਚਿਆਂ ਭਿੰਨਾਤਮਕ ਰੂਪ ਵਿੱਚ ਨੂੰ ਹਰਾ ਰੰਗ ਪਸੰਦ ਹੈ। ਹਰਾ ਰੰਗ 1/2 ਨੂੰ ਪਸੰਦ ਹੈ। ਜਮਾਤ ਦੇ ਬੱਚਿਆਂ ਵਿੱਚ ਵੱਲੋਂ ਕਿਹੜੇ ਰੰਗ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ? ਹਰੇ ਨੂੰ, ਕਿ ਅੱਧੇ ਬੱਚੇ ਤਾਂ ਹਰਾ ਰੰਗ ਹੀ ਪਸੰਦ ਕਰਦੇ ਹੈ। ਜੇਕਰ ਜਮਾਤ ਵਿੱਚ ਕੁੱਲ 40 ਬੱਚੇ ਹੈ ਤਾਂ ਜਮਾਤ ਦੇ ਕਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ? 40 × 1/2, ਯਾਨੀ 20 ਬੱਚਿਆਂ ਨੂੰ ਹਰਾ ਰੰਗ ਪਸੰਦ ਹੈ। ਜਿਹੜੀ ਪਿੰਨ ਆ ਉਹਦੇ ਨਾਲ ਗੁਣਾ ਕਰ ਦੀ ਦਿੰਦੀ ਹੈ ਤਾਂ 20 × 40 ਤਾਂ ਉੱਤਰ ਆ ਗਿਆ 20। ਬਾਕੀ ਸੁੰਦਰ ਲਿਖਾਈ ਦੀ ਹੈ ਪੇਪਰ ਬੱਚੇ। ਤਾਂ ਇਹ ਹੋ ਗਿਆ ਆਪਣਾ ਪੇਪਰ, ਤਾਂ ਵਧੀਆ ਵਧੀਆ ਕਰਕੇ ਆਉਣਾ ਪੇਪਰ ਅਤੇ ਇਸ ਨੂੰ ਚੰਗੀ ਤਰ੍ਹਾਂ ਰੱਟ ਕੇ ਜਾਣਾ, ਠੀਕ ਹੈ। ਆਪਣੀ ਬੁੱਕ ਹੈ ਜਿਹੜੀ ਉਹਨੂੰ ਵੀ ਕਰਨਾ, ਇਸ ਤੋਂ ਬਾਅਦ ਜਿਹੜਾ ਮੈਂ ਸ਼ਾਂਤੀ ਗੈਸ ਪੇਪਰ ਪਾਊ ਉਹ ਵੀ ਜ਼ਰੂਰ ਕਰਕੇ ਜਾਣਾ, ਠੀਕ ਹੈ। ਫਿਰ ਤੁਹਾਡਾ ਇੱਕ ਨੰਬਰ ਵੀ ਨਹੀਂ ਘੱਟਦਾ, ਠੀਕ ਹੈ। ਸਬਸਕ੍ਰਾਈਬ ਕੀਤੇ ਬਿਨਾਂ ਨਹੀਂ ਜਾਣਾ, ਕਿਉਂਕਿ ਗਾਹਾਂ ਵਾਲਾ ਪੇਪਰ ਤਾਂ ਹੀ ਮਿਲੂ ਤੁਹਾਨੂੰ ਜੇ ਇਹ ਥੱਲੇ ਬਟਨ ਹੈ ਜਿਹੜਾ ਕਾਲਾ ਹੋਇਆ ਸਬਸਕ੍ਰਾਈਬ ਵਾਲਾ। ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ। ਬਾਏ।